सत श्री अकाल दोस्तों, चैनल पंजाब वैदर टूडे देख रहे सारे ही स्रोतियां नू जी आयां नू जी। इस वेले दी वड्डी खबर दोस्तों तुहाडे नाल सांझी कर रहे हैं जी। पंजाब तो जिथे 7 जून तो बदलेगा इस काम लई समा हो गया, यह सरकारी हुक्म जारी। सो वीडियो अंत तक देखियो दोस्तों, तुहानू पूरी खबर का पता लग जाएगा। वीडियो नू लाइक, चैनल नू सबसक्राइब अते वीडियो नू वध तो वध शेयर करना ना भुल्यो। पंजाब दे विच 7 जून तो इस काम दे लई समा बदल दिता जाएगा, जिस दे बारे सरकारी हुक्म जारी हो गए ने। प्राप्त जानकारी दे अनुसार डिप्टी कमिश्नर हुशियारपुर अपनीत रियायत वालों कोरोना के प्रसार को रोकने लई सेवा केंद्रां दे काम दे समें विच बदलाव किया गया, जिथे सेवा केंद्रां विच सेवावां दा लाभ लैण लई पहलां ही मंजूरी लैणी लाजमी की गई सी, उत्थे ही बिने कारण अपॉइंटमेंट तो बिना कोई सेवा प्रदान नहीं की जा सकती सी। ਜ਼ਿਲ੍ਹੇ ਦੇ ਵਿੱਚ ਸਾਰੇ ਸੇਵਾ ਕੇਂਦਰਾਂ ਦਾ ਸਮਾਂ 7 ਜੂਨ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਹੀ ਲੋਕ ਸੇਵਾਵਾਂ ਦਾ ਫਾਇਦਾ ਲੈ ਸਕਦੇ ਹਨ। ਲੋਕਾਂ ਨੂੰ ਸਿਹਤ ਕੇਂਦਰਾਂ ਵਿੱਚ ਸੇਵਾਵਾਂ ਦਾ ਫਾਇਦਾ ਲੈਣ ਲਈ ਕੋਰੋਨਾ ਸੰਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਆ। ਉੱਥੇ ਹੀ ਵਧੇਰੇ ਲੋਕਾਂ ਨੂੰ ਆਨਲਾਈਨ ਕੰਮ ਕਰਵਾਉਣ ਅਤੇ ਪ੍ਰੀਖਿਆ ਨੂੰ ਕੋਰੀਅਰ ਸਰਵਿਸ ਰਾਹੀਂ ਆਪਣੇ ਦਸਤਾਵੇਜ਼ ਹਾਸਲ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ। ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਲਾਈਨਾਂ ਵਿੱਚ ਬਿਨਾਂ ਲੱਗੇ ਆਪਣਾ ਕੰਮ ਕਰਵਾ ਕੇ ਅਤੇ ਘੱਟ ਸਮੇਂ ਵਿੱਚ ਵਾਪਸ ਜਾਣ ਦੇ ਲਈ ਪਹਿਲਾਂ ਹੀ ਮਨਜ਼ੂਰੀ ਲੈਣੀ ਲਾਜ਼ਮੀ ਕੀਤੀ ਗਈ। ਇਹ ਸਾਰੀਆਂ ਤਬਦੀਲੀਆਂ ਕੋਰੋਨਾ ਪ੍ਰਸਾਰ ਨੂੰ ਰੋਕਣ ਦੇ ਲਈ ਕੀਤੀਆਂ ਜਾ ਰਹੀਆਂ ਨੇ। ਸੋ ਉਹਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਆਨਲਾਈਨ ਕੰਮ ਕਰਵਾਓ ਅਤੇ ਪ੍ਰੀਖਿਆਰਥੀ ਜਿਹੜੇ ਕੋਰੀਅਰ ਸਰਵਿਸ ਰਾਹੀਂ ਆਪਣੇ ਦਸਤਾਵੇਜ਼ ਘਰ ਬੈਠੇ ਹਾਸਲ